ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਸਾਨੂੰ ਤੁਰਨਾ ਪਿਆ। ਸਾਡੇ ਪੰਜਾਬ ਦੀ ਉਸ ਵਡਮੁੱਲੇ ਇਤਿਹਾਸ ਨੂੰ, ਉਸ ਸੱਭਿਅਤਾ ਨੂੰ ਦਰਸਾਉਂਦੀਆਂ ਨੇ। ਇਤਿਹਾਸ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਸਾਡੇ ਪੰਜਾਬ ਦੇ ਨਾਲ, ਸੱਭਿਅਤਾ ਦੇ ਨਾਲ ਜੁੜਿਆ ਪੰਜਾਬੀ ਜੁੱਤੀਆਂ ਦਾ ਖਾਸ ਨਾਮ। ਔਰ ਪੰਜਾਬੀ ਜੁੱਤੀ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸਦੀ ਬਹੁਤ ਹੀ ਲੋਕਾਂ ਦੇ ਵਿੱਚ ਵੀ ਦਿਲਚਸਪੀ ਰਹਿੰਦੀ ਹੈ। ਅਕਸਰ ਜੋ ਸੈਲਾਨੀ ਇਸ ਸ਼ਹਿਰ ਵਿਖੇ ਆਉਂਦੇ ਨੇ, ਉਹਨਾਂ ਦੇ ਵਿੱਚ ਇੱਕ ਉਤਸੁਕਤਾ ਰਹਿੰਦੀ ਹੈ ਕਿ ਪੰਜਾਬੀ ਜੁੱਤੀ ਖਰੀਦੀਏ ਔਰ ਆਪਣੀ ਸ਼ਾਨੋ ਸ਼ੌਕਤ ਨੂੰ ਹੋਰ ਵਧਾਈਏ। ਔਰ ਅੱਜ ਅੰਮ੍ਰਿਤਸਰ ਦੀ ਇੱਕ ਅਜਿਹੀ ਦੁਕਾਨ 'ਤੇ ਆ ਪਹੁੰਚਿਆ ਜਿੱਥੇ ਕਿ ਪੰਜਾਬੀ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਜੋ ਅਦਾਕਾਰ ਨੇ ਉਹ ਇੱਥੇ ਆਉਂਦੇ ਨੇ, ਔਰ ਉਹਨਾਂ ਨੇ ਵੀ ਇੱਥੋਂ ਦੀਆਂ ਜੋ ਪੰਜਾਬੀ ਜੁੱਤੀਆਂ ਉਹਨਾਂ ਦੀ ਖਰੀਦ ਕੀਤੀ ਹੈ। ਸਾਡੇ ਨਾਲ ਵਿਕਰੇਤਾ ਪੰਕਜ ਢਿੰਗਰਾ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਪੰਕਜ ਜੀ, ਹੁਣ ਦੇ ਸਮੇਂ ਦੀ ਗੱਲ ਕਰੀਏ, ਫੈਸ਼ਨ ਦਾ ਦੌਰ ਹੈ, ਲੋਕ ਤਰ੍ਹਾਂ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਕਿ ਫੈਸ਼ਨ ਨੂੰ ਲੈ ਕੇ ਚੀਜ਼ਾਂ ਨੂੰ ਅਪਣਾਉਂਦੇ ਹੋਏ ਵਿਖਾਈ ਦਿੰਦੇ। ਇਹ ਪੰਜਾਬ ਦਾ ਉਹ ਵਿਰਾਸਤ ਦਾ ਹਿੱਸਾ ਹੈ ਜਿਸ ਨੂੰ ਕਦੇ ਕੋਈ ਭੁੱਲ ਨਹੀਂ ਸਕਦਾ, ਔਰ ਇਸ ਦੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਹਿਚਾਣ। ਹੁਣ ਦੇ ਸਮੇਂ 'ਚ ਇਹ ਕਾਰੋਬਾਰ ਕਿੱਥੇ ਖਲੋਂਦਾ, ਲੋਕਾਂ ਦਾ ਕੀ ਟਰੈਂਡ ਹੈ? ਬਿਲਕੁਲ ਸਰ, ਪਹਿਲਾਂ ਤਾਂ ਮੈਂ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ, ਸਾਰੇ ਪੰਜਾਬ ਦੇ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਸਭ ਨੂੰ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਜੀ ਕਿ ਇਹ ਬਹੁਤ ਹੀ ਵਧੀਆ ਪੰਜਾਬੀ ਜੁੱਤੀ ਦਾ ਜਿਹੜਾ ਟਰੈਂਡ ਹੈ ਅੱਜ ਦੇ ਦੌਰ ਦੇ ਵਿੱਚ, ਇਹ ਬਹੁਤ ਜ਼ਿਆਦਾ ਟਰੈਂਡ ਦੇ ਵਿੱਚ ਚੱਲ ਰਿਹਾ ਜੀ। ਸੋ ਅਸੀਂ ਜੋ ਕੁਛ ਇੱਥੇ ਦੇਖਦੇ ਹਾਂ, ਬਹੁਤ ਜਿਹੜੇ ਸੈਲਾਨੀ ਇੱਥੇ ਅੰਮ੍ਰਿਤਸਰ ਆਉਂਦੇ ਨੇ, ਹਰਿਮੰਦਰ ਸਾਹਿਬ ਆਉਂਦੇ ਨੇ ਮੱਥਾ ਟੇਕਣ ਜੀ, ਦੁਰਗਿਆਨਾ ਮੰਦਿਰ ਆਉਂਦੇ ਮੱਥਾ ਟੇਕਣ, ਉਹਨਾਂ ਲਈ ਇੱਕ ਬਹੁਤ ਹੀ ਵੱਡੀ ਕ੍ਰੀਏਟੀਵਿਟੀ ਆ, ਬਹੁਤ ਜ਼ਿਆਦਾ ਉਹਨਾਂ ਨੂੰ ਇੱਕ ਉਤਸ਼ਾਹ ਹੁੰਦਾ ਪੰਜਾਬੀ ਜੁੱਤੀ ਖਰੀਦਣ ਦਾ। ਸੋ ਸਾਡੇ ਕੋਲ ਕਾਫੀ ਇੱਥੇ ਸੈਲਾਨੀ ਆਉਂਦੇ ਨੇ ਜੀ ਇੱਥੇ ਸ਼ੋਪਿੰਗ ਲਈ, ਔਰ ਮੈਨੂੰ ਲੱਗਦਾ ਕਿ ਇਹਨੂੰ ਵੱਧ ਤੋਂ ਵੱਧ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਪੰਜਾਬੀ ਜੁੱਤੀ ਨੂੰ, ਕਿਉਂਕਿ ਇਹ ਪੰਜਾਬ ਦਾ ਇੱਕ ਇਤਿਹਾਸ ਹੈ, ਪੰਜਾਬ ਦੀ ਇੱਕ ਸਭ ਤੋਂ ਵੱਡੀ ਸ਼ਾਨ ਹੈ ਜੀ ਪੰਜਾਬੀ ਜੁੱਤੀ। ਸੋ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਆਪਾਂ ਇਹਨੂੰ ਪ੍ਰਮੋਟ ਕਰਨ ਲਈ, ਆਪਾਂ ਆਪਣੀ ਪੰਜਾਬੀਅਤ ਨੂੰ, ਆਪਾਂ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਇਹਨੂੰ ਨਵੀਂ ਤੋਂ ਨਵੀਂ, ਹਰ ਟਾਈਮ ਨਵੀਂ ਡਿਜ਼ਾਈਨਿੰਗ ਦਿੰਦੇ ਹਾਂ, ਅੱਛੀ ਕੁਆਲਿਟੀ ਦਿੰਦੇ ਹਾਂ ਕਸਟਮਰ ਨੂੰ, ਜੋ ਕਿ ਕਸਟਮਰ ਸਾਡੇ ਕੋਲ ਪੰਜਾਬ ਦੇ ਵਿੱਚ ਵੀ ਆਉਣ, ਅੰਮ੍ਰਿਤਸਰ ਵੀ ਆਉਣ, ਔਰ ਸਾਡੇ ਕੋਲ ਇੱਥੇ ਖਰੀਦਦਾਰੀ ਕਰਨ ਆ ਕੇ ਜੀ। ਅਸੀਂ ਦੇਖ ਸਕਦੇ ਹਾਂ ਕਿ ਇਹ ਇੱਕ ਮੇਰੇ ਹੱਥ 'ਚ ਪੰਜਾਬੀ ਜੁੱਤੀ ਹੈ, ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਬਣਤਰ ਜੋ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਹੈ। 2 ਮਿੰਟ ਲਈ ਤਾਂ ਹਰ ਕੋਈ ਇਹ ਸੋਚਾਂ 'ਚ ਪੈ ਜਾਂਦਾ ਹੈ ਕਿ ਆਖਿਰ ਕਿੰਨੀ ਕੁ ਮਿਹਨਤ ਲੱਗੀ ਹੋਏਗੀ ਇਸ ਨੂੰ ਤਿਆਰ ਕਰਨ ਦੇ ਵਿੱਚ, ਔਰ ਇਹ ਸੁਨਹਿਰੀ ਜੁੱਤੀ ਜੋ ਹੈ ਆਪਣੇ ਆਪ ਦੇ ਵਿੱਚ ਕਹਿੰਦੀ ਪਈ ਹੈ ਕਿ ਆਓ ਜੀ ਮੈਨੂੰ ਖਰੀਦ ਲਓ। ਕਹਿ ਸਕਦੇ ਹਾਂ ਕਿ ਇਸ ਜੁੱਤੀ ਪਿੱਛੇ ਅਨੇਕਾਂ ਹੀ ਉਹਨਾਂ ਲੋਕਾਂ ਦਾ ਢਿੱਡ ਭਰ ਚੱਲਦਾ ਹੋਊਗਾ, ਕਿਉਂਕਿ ਇਸ ਦੇ ਪਿੱਛੇ ਮਿਹਨਤ ਜੋ ਹੈ ਉਹ ਵੇਖਣ 'ਚ ਤਾਂ ਸਾਨੂੰ ਬਹੁਤ ਵਧੀਆ ਲੱਗਦੀ ਹੈ, ਪਰ ਇਸ ਦੇ ਪਿੱਛੇ ਜੋ ਲੋਕ ਇਸ ਨੂੰ ਮਿਹਨਤ ਕਰਦੇ ਨੇ ਉਹ ਕਿਹੜੇ ਕਿਹੜੇ ਸਟੈਪਾਂ ਦੇ ਵਿੱਚੋਂ ਨਿਕਲ ਕੇ ਚੀਜ਼ ਲੋਕ ਤੁਹਾਡੇ ਤੱਕ ਪਹੁੰਚਦੀ? ਬਿਲਕੁਲ ਜੀ, ਬਿਲਕੁਲ, ਮੈਂ ਇਹ ਚੀਜ਼ ਗੱਲ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਇਹਦੇ ਵਿੱਚ ਸਾਰਾ ਜਿੰਨਾ ਵੀ ਕੰਮ ਹੁੰਦਾ ਹੱਥ ਦਾ ਕੰਮ ਹੁੰਦਾ, ਸਾਰਾ ਲੇਬਰ ਵਰਕ ਹੀ ਚੱਲਦਾ ਜੀ ਇਹਦੇ ਵਿੱਚ, ਕੋਈ ਮਸ਼ੀਨ ਦਾ ਕੰਮ ਨਹੀਂ ਹੁੰਦਾ। ਸੋ ਇਹਦੇ ਨਾਲ ਕਈ ਲੋਕਾਂ ਦੇ ਘਰਾਂ ਦੇ ਵਿੱਚ ਰੋਜ਼ਗਾਰ ਜਾਂਦਾ, ਕਈ ਪਰਿਵਾਰਾਂ ਨੂੰ ਰੋਟੀ ਮਿਲਦੀ ਹੈ, ਕਈ ਕਾਰੀਗਰ ਇਹ ਕਢਾਈਆਂ 'ਤੇ ਲੱਗੇ ਨੇ ਜੀ, ਉਸ ਤੋਂ ਬਾਅਦ ਬਹੁਤ ਜ਼ਿਆਦਾ ਕਾਰੀਗਰ ਨੇ ਜਿਹੜੇ ਇਹਨਾਂ ਦੇ ਸਿਲਾਈਆਂ ਦੇ ਕੰਮ 'ਤੇ ਲੱਗੇ ਹੁੰਦੇ ਨੇ। ਇਹਦੇ ਵਿੱਚ ਇੱਕ ਵੀ ਮਸ਼ੀਨ ਦਾ ਕੋਈ ਕੰਮ ਨਹੀਂ ਹੁੰਦਾ ਜੀ ਪੰਜਾਬੀ ਜੁੱਤੀ ਦੇ ਵਿੱਚ। ਔਰ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਕਦੇ ਸਾਡੇ ਲੇਬਰ ਵਰਕਸ਼ਾਪ ਦੇ ਵਿੱਚ ਜਾ ਕੇ ਦੇਖੋ ਕਿ ਉੱਥੇ ਕਿੱਦਾਂ ਘਰਾਂ ਦੀਆਂ ਜਨਾਨੀਆਂ, ਉਹਨਾਂ ਦੇ ਘਰਾਂ ਦੇ ਬੰਦੇ ਜਾਂ ਉਹਨਾਂ ਦੇ ਬੱਚੇ ਸਾਰੇ ਇਹ ਕੰਮ ਦੇ ਵਿੱਚ ਰੁੱਝੇ ਹੁੰਦੇ ਨੇ ਜੀ। ਬਿਲਕੁਲ, ਸਾਨੂੰ ਬਹੁਤ ਵਧੀਆ ਲੱਗਦਾ ਕਿ ਇਹ ਚੀਜ਼ ਦੇਖ ਕੇ ਕਿ ਅੱਜ ਵੀ ਇਹ ਚੀਜ਼ਾਂ ਹਾਲੇ ਵੀ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਨੇ, ਔਰ ਉਹਨਾਂ ਦੀ ਰੋਟੀ ਪਾਣੀ ਦਾ ਵੀ ਇੱਕ ਜ਼ਰੀਆ ਬਹੁਤ ਵਧੀਆ ਬਣਿਆ ਹੋਇਆ ਜੀ। ਸੋ ਮੈਂ ਗੱਲ ਦੱਸਣਾ ਚਾਹਾਂਗਾ, ਇਸ ਜੁੱਤੀ ਦੇ ਵਿੱਚ ਜਿੰਨੀ ਤੁਸੀਂ ਕਢਾਈ ਦੇਖ ਰਹੇ ਹੋ ਇਹ ਸਾਰੀ ਹੱਥ ਦੀ ਕਢਾਈ ਹੈ ਜੀ,
ਕੋਈ ਇਹਦੇ ਵਿੱਚ ਮਸ਼ੀਨ ਦਾ ਕੰਮ ਨਹੀਂ ਹੈ। ਔਰ ਇਸ ਕਢਾਈ ਨੂੰ ਕਰਦੇ ਕਰਦੇ ਵੀ ਇੱਕ ਇੱਕ ਦਿਨ ਵੀ ਨਿਕਲ ਜਾਂਦਾ ਜੀ ਕਾਰੀਗਰ ਦਾ। ਔਰ ਉਸ ਤੋਂ ਬਾਅਦ ਜਦ ਕਢਾਈ ਹੋ ਕੇ ਸਾਡੇ ਕੋਲ ਇਹਨੂੰ ਉੱਪਰਲੇ ਪਾਰਟ ਨੂੰ ਅਸੀਂ ਪੰਨਾ ਕਹਿੰਦੇ ਹਾਂ ਜੀ, ਜਦੋਂ ਸਾਡੇ ਕੋਲ ਕਢਾਈ ਹੋ ਕੇ ਪਹੁੰਚਦਾ ਉਸ ਤੋਂ ਬਾਅਦ ਇਹਦੀ ਸਿਲਾਈ ਸ਼ੁਰੂ ਹੁੰਦੀ ਹੈ ਜੀ। ਇਹ ਦੇਖੋ ਤੁਸੀਂ ਇੱਕ ਇੱਕ ਚੀਜ਼ ਕਿੱਦਾਂ ਲੈਦਰ ਦੇ ਸੋਲ ਦੇ ਵਿੱਚੋਂ ਇਹਨਾਂ ਨੇ ਸਿਲਾਈ ਕੀਤੀ ਹੁੰਦੀ ਹੈ। ਇੱਕ ਬਹੁਤ ਹੀ ਹਾਰਡ ਵਰਕ ਹੈ ਸਰ, ਦੇਖਣ ਨੂੰ ਬਹੁਤ ਸਾਨੂੰ ਸੋਹਣਾ ਵੀ ਲੱਗਦਾ, ਬਟ ਆਪਾਂ ਜਦੋਂ ਕਰਵਾਉਂਦੇ ਹਾਂ ਬਹੁਤ ਹਾਰਡ ਵਰਕ ਹੈ। ਇੱਕ ਲੈਦਰ ਦੇ ਸੋਲ 'ਚੋਂ ਮਤਲਬ ਸਿਲਾਈ ਨੂੰ ਆਰ ਪਾਰ ਕਰਨਾ ਬਹੁਤ ਹਾਰਡ ਹੁੰਦਾ ਉੱਥੇ, ਬਟ ਕਾਰੀਗਰ ਕਰਦੇ ਆ ਜੀ, ਆਪਣੀ ਰੋਟੀ ਲਈ ਸਭ ਕੁਝ ਕਰਦੇ ਆ ਉੱਥੇ। ਸੋ ਜੀ, ਦੁਕਾਨ ਪੂਰੀ ਸਜੀ ਪਈ ਹੈ ਪੰਜਾਬੀ ਜੁੱਤੀਆਂ ਦੇ ਨਾਲ, ਤਾਂ ਗੱਲਬਾਤ ਕਰ ਲੈਂਦੇ ਹਾਂ ਕਿ ਕਿਹੜੀ ਕਿਹੜੀ ਖਾਸ ਜੁੱਤੀ ਇੱਥੇ ਹੈ, ਕਿ ਤਾਂ ਜੋ ਜਿਹੜੇ ਸੈਲੀਬ੍ਰਿਟੀ ਵੀ ਇੱਥੇ ਆਉਂਦੇ ਨੇ, ਕਿਹੜੀ ਅਜਿਹੀ ਖਿੱਚ ਹੈ ਇਸ ਦੁਕਾਨ ਦੇ ਵਿੱਚ, ਤਾਂ ਸ਼ੁਰੂਆਤ ਕਰ ਦਿਓ ਜੀ, ਦੱਸ ਦਿਓ ਜੀ ਕਿਹੜੀ ਕਿਹੜੀ ਤੁਹਾਡੇ ਕੋਲ ਇੱਥੇ ਵਰਾਇਟੀ ਪਈ ਹੋਈ। ਮੈਂ ਸਰ ਸ਼ੁਰੂਆਤ ਦੇ ਵਿੱਚ ਤੁਹਾਨੂੰ ਇੱਕ ਜੈਂਟਸ ਜੁੱਤੀ ਦਿਖਾਉਣ ਜਾ ਰਿਹਾ ਜਿਹਦੇ ਉੱਤੇ ਬਹੁਤ ਹੀ ਜ਼ਿਆਦਾ ਪਿਆਰਾ ਕੰਮ ਹੋਇਆ ਹੈ। ਜਿਵੇਂ ਲੇਡੀਜ਼ ਜੁੱਤੀ ਦੇ ਉੱਤੇ ਦਬਕੇ ਦਾ ਕੰਮ ਹੁੰਦਾ ਜੀ, ਜਿਵੇਂ ਲੇਡੀਜ਼ ਜੁੱਤੀ ਦੇ ਉੱਤੇ ਕੰਮ ਹੁੰਦਾ ਜੀ ਦਬਕੇ ਦਾ, ਉਂਝ ਹੀ ਜੈਂਟਸ ਜੁੱਤੀ ਦੇ ਉੱਤੇ ਦਬਕੇ ਦਾ ਕੰਮ ਹੋਇਆ। ਔਰ ਸਭ ਤੋਂ ਵੱਡੀ ਗੱਲ ਹੈ ਜੀ, ਉਹ ਸਾਰਾ ਕੰਮ ਹੱਥ ਦਾ ਕੀਤਾ ਹੋਇਆ। ਇਹ ਮੈਂ ਤੁਹਾਨੂੰ ਜੁੱਤੀ ਦਿਖਾ ਰਿਹਾ, ਇਹ ਦੇਖੋ ਇੱਕ ਜੈਂਟਸ ਜੁੱਤੀ ਬਣੀ ਹੋਈ ਹੈ ਜੀ। ਇਹਨੂੰ ਆਪਾਂ ਪਾਕਿਸਤਾਨੀ ਵਰਕ ਵੀ ਕਹਿੰਦੇ ਹਾਂ, ਔਰ ਸਪੈਸ਼ਲੀ ਇਹਦਾ ਜਿਹੜਾ ਅੱਪਰ ਬੇਸ ਹੈ ਸਾਰਾ ਪਾਕਿਸਤਾਨ ਤੋਂ ਹੀ ਤਿਆਰ ਹੋ ਕੇ ਆਉਂਦਾ। ਇਹ ਜਿੰਨਾ ਵੀ ਇਹਦੇ ਉੱਪਰ ਦਬਕੇ ਦਾ ਕੰਮ ਹੋਇਆ ਜੀ, ਇਹ ਸਾਰਾ ਹੱਥ ਦਾ ਕੰਮ ਹੈ। ਔਰ ਪਾਕਿਸਤਾਨ ਦਾ ਇਸ ਨਾਲ ਕਿੱਦਾਂ ਨਾਤਾ ਹੈ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਅੱਪਰ ਸਾਰਾ ਪਾਕਿਸਤਾਨ ਤੋਂ ਤਿਆਰ ਹੋ ਕੇ ਆਉਂਦਾ, ਤਾਂ ਕੀ ਉੱਥੋਂ ਦੇ ਕਾਰੀਗਰ ਇੱਥੇ ਆਉਂਦੇ ਨੇ ਜਾਂ ਇੱਥੋਂ ਵਾਲੇ ਸਮਾਨ ਮੰਗਾਉਂਦੇ, ਕਿੱਦਾਂ ਟ੍ਰੇਡ ਚੱਲਦਾ? ਸਰ ਉੱਥੋਂ ਦੇ ਜਿਹੜੇ ਕਾਰੀਗਰੀ ਹੈ ਉਹ ਫੇਮਸ ਹੈ ਜੀ, ਜੁੱਤੀ ਬਣਾਉਣ ਦੇ ਵਿੱਚ ਮੁਸਲਮਾਨੀ ਕਾਰੀਗਰੀ ਜਿਹੜੀ ਫੇਮਸ ਹੈ। ਜਦੋਂ ਆਪਣੀ ਮਤਲਬ ਕਢਾਈਆਂ ਕਰਦੇ ਨੇ, ਕਢਾਈਆਂ ਹਮੇਸ਼ਾ ਮੈਨੂੰ ਇੰਨਾ ਪਤਾ ਜੀ, ਆਪਾਂ ਸੂਟਸ ਦੇਖ ਲਈਏ ਜਾਂ ਪੰਜਾਬੀ ਜੁੱਤੀਆਂ ਦੇਖ ਲਈਏ, ਉਹਦੇ ਵਿੱਚ ਮੁਸਲਮਾਨੀ ਕਢਾਈ ਹੀ ਫੇਮਸ ਹੁੰਦੀ ਹੈ ਜੀ। ਔਰ ਉਹਨਾਂ ਦਾ ਜਿਹੜਾ ਉੱਤੋਂ ਦੀ ਇਹ ਪੰਨੇ ਤਿਆਰ ਕਰਦੇ ਨੇ, ਜਿਵੇਂ ਕਢਾਈਆਂ ਕਰਦੇ ਨੇ ਔਰ ਇੱਥੇ ਭੇਜਦੇ ਨੇ। ਔਰ ਪਹਿਲਾਂ ਤਾਂ ਸਰ ਵਪਾਰ ਸਿੱਧਾ ਚੱਲਦਾ ਸੀ, ਇੰਡੀਆ ਪਾਕਿਸਤਾਨ ਦਾ ਵਪਾਰ ਸਿੱਧਾ ਇੰਪੋਰਟ ਐਕਸਪੋਰਟ ਚੱਲਦਾ ਸੀ ਜੀ, ਬਿਲਕੁਲ ਬੜੇ ਵਧੀਆ ਤਰੀਕੇ ਨਾਲ ਸਾਨੂੰ ਇੱਥੇ ਚੀਜ਼ਾਂ ਮਿਲਦੀਆਂ ਸੀ। ਬਟ ਹੁਣ ਇੰਪੋਰਟ ਐਕਸਪੋਰਟ ਬੰਦ ਹੋਣ ਦੇ ਕਾਰਨ ਇਹ ਸਾਰਾ ਵਪਾਰ ਹੈ ਵਾਇਆ ਦੁਬਈ ਚੱਲਦਾ। ਪਹਿਲਾਂ ਦੁਬਈ ਜਾਂਦੀ ਹੈ ਜੀ ਉੱਥੋਂ ਦੀ ਕਢਾਈ ਹੋ ਕੇ ਜੁੱਤੀ, ਔਰ ਉਸ ਤੋਂ ਬਾਅਦ ਦੁਬਈ ਤੋਂ ਰੀਪੈਕਿੰਗ ਹੁੰਦੀ ਹੈ ਔਰ ਫਿਰ ਇੰਡੀਆ ਆਉਂਦਾ ਸਾਰਾ ਜੀ। ਇਸਦੀ ਕੀਮਤ ਕਿੰਨੀ ਹੈ, ਕਿਉਂਕਿ ਆਪਣੇ ਆਪ ਦੇ ਵਿੱਚ ਤਾਂ ਬਹੁਤ ਵਧੀਆ ਬਣੀ ਹੋਈ ਹੈ, ਜਿੱਥੇ ਕਿ ਦੇਖ ਸਕਦੇ ਹਾਂ ਕਿ ਕਢਾਈ ਤਾਂ ਬਹੁਤ ਬਰੀਕੀ ਨਾਲ ਕੀਤੀ ਗਈ ਹੈ, ਇਹ ਸਾਰੀ ਹੱਥੀਂ ਕਢਾਈ ਹੋਈ ਹੈ? ਬਿਲਕੁਲ ਸਰ, ਸਾਰੀ ਹੱਥੀਂ ਕਢਾਈ ਹੈ ਜੀ, ਇਹਦੇ ਵਿੱਚ ਕੋਈ ਮਸ਼ੀਨੀ ਕੰਮ ਨਹੀਂ ਹੈ। ਇਹਦੀ ਸਰ ਕੀਮਤ ਤੁਸੀਂ ਲਗਾਓ ਕਿ 12,000 ਰੁਪਏ ਦੇ ਨੀਅਰ ਅਬਾਊਟ ਇਹਦੀ ਕੀਮਤ ਹੈ ਜੀ। ਇਹਨੇ ਕਹਿ ਸਕਦੇ ਹਾਂ ਕਿ ਮਹਿੰਗੇ ਮਹਿੰਗੇ ਲੋਕ ਬੂਟ ਆਦਿ ਖਰੀਦਦੇ ਹੋਏ ਵਿਖਾਈ ਦਿੰਦੇ ਨੇ, ਇਹ ਪੰਜਾਬੀ ਜੁੱਤੀ ਇੰਨੀ ਮਹਿੰਗੀ ਕੋਈ ਖਰੀਦਦਾ? ਸਰ ਬਿਲਕੁਲ ਜੀ ਬਿਲਕੁਲ, ਸਾਡੇ ਸਟੋਰ ਤੋਂ ਤਾਂ ਬਹੁਤ ਲੋਕ ਆਉਂਦੇ ਨੇ, ਬਹੁਤ ਜ਼ਿਆਦਾ ਖਰੀਦਦੇ ਨੇ, ਸੈਲੀਬ੍ਰਿਟੀਜ਼ ਬਹੁਤ ਲਾਈਕ ਕਰਦੇ ਨੇ, ਔਰ ਖਾਸ ਕਰ ਜਿਹੜੇ ਟੂਰਿਸਟ ਇੱਥੇ ਆਉਂਦੇ ਨੇ ਉਹ ਵੀ ਬਹੁਤ ਜ਼ਿਆਦਾ ਲਾਈਕ ਕਰਦੇ ਨੇ। ਔਰ ਸਭ ਤੋਂ ਵਧੀਆ ਗੱਲ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੰਨੇ ਲੋਕ ਬੈਠੇ ਨੇ, ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਵਾਂ ਕਿ ਉਹ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲਾਈਕ ਉਹ ਕਰਦੇ ਨੇ ਜੀ। ਬੱਚਿਆਂ ਲਈ ਕੀ ਖਾਸ ਵਰਾਇਟੀ ਹੈ ਜੀ, ਕਿਉਂਕਿ ਬੱਚਿਆਂ ਨੂੰ ਲੈ ਕੇ ਬੜਾ ਇੱਕ ਰਹਿੰਦਾ ਰੁਝਾਨ, ਕਿ ਉਹਨਾਂ ਲਈ ਕੀ ਖਾਸ ਇਸ ਵਾਰ? ਸਾਡੇ ਕੋਲ ਦੇਖੋ ਜੀ, ਬੱਚਿਆਂ ਲਈ ਵੀ ਬਿਲਕੁਲ ਬੜੀ ਅੱਛੀ ਹੈਂਡਵਰਕ ਦੇ ਵਿੱਚ ਜੁੱਤੀਆਂ ਨੇ, ਹੱਥ ਦੀ ਕਢਾਈ ਦੇ ਵਿੱਚ ਹੀ ਜੁੱਤੀਆਂ। ਔਰ ਸਭ ਤੋਂ ਵਧੀਆ ਗੱਲ ਹੈ, ਜਿਸ ਤਰ੍ਹਾਂ ਅਸੀਂ ਮਦਰ ਲਈ ਜੁੱਤੀ ਬਣਵਾਉਂਦੇ ਹਾਂ, ਉਸ ਤਰ੍ਹਾਂ ਹੀ ਅਸੀਂ ਬੇਬੀ ਗਰਲ ਲਈ ਵੀ ਸੇਮ ਡਿਜ਼ਾਈਨ ਦੇ ਵਿੱਚ ਜੁੱਤੀ ਬਣਵਾਉਂਦੇ ਹਾਂ ਕਿ ਮਦਰ ਐਂਡ ਡਾਟਰ ਸੇਮ ਚੀਜ਼ ਬਣਵਾਈ ਦੀ ਹੈ, ਕਿਤੇ ਫੰਕਸ਼ਨਾਂ 'ਤੇ ਉਹ ਪਾਉਂਦੇ ਨੇ ਔਰ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਜੀ। ਸਾਡੇ ਕਾਫੀ ਡਿਜ਼ਾਈਨਸ ਨੇ ਜਿਹੜੇ ਮਦਰ ਐਂਡ ਡਾਟਰ ਦੇ ਮਿਲਦੇ ਨੇ। ਔਰ ਇਹ ਦੇਖੋ, ਇੱਕ ਬੱਚੇ ਦੀ ਜੁੱਤੀ ਹੈ, ਗਰਲਿਸ਼ ਜੁੱਤੀ ਹੈ ਜੀ, ਇਹ ਵੀ ਸਾਰੀ ਹੱਥ ਦੀ ਕਢਾਈ ਹੈ ਇਹਦੇ ਉੱਪਰ ਵੀ, ਔਰ ਬਹੁਤ ਹੀ ਵਧੀਆ ਕਿ ਸਾਰੀ ਲੈਦਰ ਦੇ ਵਿੱਚ ਹੀ ਬਣੀ ਹੋਈ ਹੈ। ਅਤੇ ਇੱਥੇ ਦੇਖ ਸਕਦੇ ਹਾਂ ਕਿ ਅਸੀਂ ਇਹ ਆਪਣੇ ਆਪ ਦੇ ਵਿੱਚ ਇੱਕ ਚਮਚਮਾਉਂਦੀ ਹੋਈ ਪੰਜਾਬੀ ਜੁੱਤੀ ਪਈ ਹੋਈ ਹੈ, ਇਸ ਵਿੱਚ ਕੀ ਖਾਸ ਹੈ ਔਰ ਇਸ ਦੀ ਕੀਮਤ ਕਿੰਨੀ ਹੈ ਜੀ? ਸਰ ਇਹ ਵੀ ਸਾਰਾ ਜਿਹੜਾ ਕੰਮ ਹੈ ਕੁੰਦਨ ਵਰਕ ਹੈ,
ਹਾਂ, ਇਹਦੇ ਵਿੱਚ ਜਿਵੇਂ ਬਾਕੀ ਸਾਡੀਆਂ ਜੁੱਤੀਆਂ ਆਉਂਦੀਆਂ ਮੈਂ ਤੁਹਾਨੂੰ ਹੁਣੇ ਦਿਖਾਵਾਂਗਾ, ਉਹ ਸਾਰੇ ਜਿਵੇਂ ਸਿਲਾਈ ਹੁੰਦੀਆਂ ਜੀ, ਜਿੰਨਾ ਵਰਕ ਵੀ ਉਹ ਸਾਰੀ ਨੈਲਨ ਦੇ ਧਾਗੇ ਨਾਲ ਹੱਥ ਨਾਲ ਕੱਢਿਆ ਜਾਂਦਾ, ਔਰ ਇਹਦੇ ਉੱਪਰ ਜਿੰਨੇ ਸਟੋਨਸ ਲੱਗੇ ਨੇ ਸਾਰੇ ਪੇਸਟ ਕੀਤੇ ਹੋਏ ਨੇ, ਇੱਕ ਅੱਛੀ ਮਤਲਬ ਗਮ ਦੇ ਨਾਲ ਪੇਸਟ ਕੀਤੇ ਹੋਏ ਨੇ, ਸਾਰਾ ਕੁੰਦਨ ਵਰਕ ਹੈ ਕਿਉਂਕਿ ਕੁੰਦਨ ਨੂੰ ਆਪਾਂ ਸਟਿਚ ਨਹੀਂ ਕਰ ਸਕਦੇ, ਕੁੰਦਨ ਨੂੰ ਆਪਾਂ ਪੇਸਟ ਹੀ ਕਰ ਸਕਦੇ ਹਾਂ, ਔਰ ਬਹੁਤ ਹੀ ਪਿਆਰੀ ਜੁੱਤੀ ਹੈ, ਸਾਰੀ ਕੁੰਦਨ ਦੇ ਨਾਲ ਭਰੀ ਹੈ, ਦੇਖੋ ਤੁਸੀਂ ਮਤਲਬ ਜਿਹਦੇ ਪੈਰ 'ਚ ਪਏਗੀ ਉਹ ਪੈਰ ਦੀ ਸ਼ਾਨ ਹੈ ਜੀ, ਇਹ ਇੱਕ ਬਿਲਕੁਲ। ਇਸ ਦੀ ਕੀਮਤ ਜੀ 4500 ਰੁਪਈਆ ਇਸ ਦੀ ਕੀਮਤ ਹੈ ਸਰ, ਸਾਰਾ ਕੁੰਦਨ ਵਰਕ ਹੈ, ਇਸ ਦੀ ਕੀਮਤ 4500 ਰੁਪਈਆ ਹੈਗੀ ਹੈ ਜੀ। ਪੰਕਜ ਜੀ ਹੁਣ ਦੀ ਗੱਲ ਕਰੀਏ, ਜਿਸ ਮਾਹੌਲ ਵਿੱਚ ਅਸੀਂ ਰਹਿ ਰਹੇ ਹਾਂ, ਲੋਕ ਅਕਸਰ ਕਹਿ ਸਕਦੇ ਹਾਂ ਕਿ ਤਰ੍ਹਾਂ ਤਰ੍ਹਾਂ ਦੇ ਨਾਮੀ ਬ੍ਰਾਂਡਾਂ ਦੀਆਂ ਚੀਜ਼ਾਂ ਵਰਤਦੇ ਹੋਏ ਵਿਖਾਈ ਦਿੰਦੇ ਨੇ, ਕੀ ਨੌਜਵਾਨਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਹੈ, ਕੀ ਉਹ ਪੰਜਾਬੀ ਜੁੱਤੀਆਂ ਵੱਲ ਰੁਝਾਨ ਰੱਖਦੇ ਆ? ਬਿਲਕੁਲ ਸਰ, ਬਿਲਕੁਲ ਜੀ, ਅੱਜ ਦੀ ਟਾਈਮ ਦੇ ਵਿੱਚ ਕਾਫੀ ਯੰਗਸਟਰਸ ਇੱਧਰ ਉਹਨਾਂ ਦਾ ਧਿਆਨ ਹੈ, ਬਿਲਕੁਲ ਬਹੁਤ ਜ਼ਿਆਦਾ, ਬਹੁਤ ਪੰਜਾਬੀ ਜੁੱਤੀ ਪਾ ਕੇ ਬਹੁਤ ਜ਼ਿਆਦਾ ਖੁਸ਼ ਨੇ, ਔਰ ਕਾਫੀ ਜਿਹੜੇ ਲੜਕੇ ਨੇ ਮੈਂ ਉਹਨਾਂ ਨੂੰ ਵੀ ਦੇਖਦਾ, ਔਰ ਸਭ ਤੋਂ ਜ਼ਿਆਦਾ ਗੱਲ ਹੈ ਕਿ ਜਿਹੜਾ ਲੜਕੀਆਂ ਜਾਂ ਗਰਲਿਸ਼ ਗਰਲਸ ਜਾਂ ਜ਼ਿਆਦਾ ਨਾ, ਉਹ ਜ਼ਿਆਦਾ ਪੰਜਾਬੀ ਜੁੱਤੀ ਨੂੰ ਵੇਅਰ ਕਰਕੇ ਖੁਸ਼ ਨੇ, ਔਰ ਉਹਨਾਂ ਦੀ ਡਿਜ਼ਾਇਨਿੰਗ ਵੀ ਬਹੁਤ ਜ਼ਿਆਦਾ, ਜੋ ਅਸੀਂ ਦੇਖਦੇ ਹਾਂ ਜਿਵੇਂ ਬੋਆਇਜ਼ ਦੀ ਡਿਜ਼ਾਇਨਿੰਗ ਘੱਟ ਬਣਦੀ ਹੈ, ਗਰਲਸ ਦੀ ਡਿਜ਼ਾਇਨਿੰਗ ਬਹੁਤ ਜ਼ਿਆਦਾ। ਜਿਸ ਤਰ੍ਹਾਂ ਸਰ ਅੱਜ ਦੀ ਡੇਟ ਦੇ ਵਿੱਚ ਲੋਫਰਸ ਚੱਲਦੇ ਨੇ ਜਾਂ ਬੈਲੀਆਂ ਕੰਫਰਟੇਬਲ ਚੱਲਦੀਆਂ, ਸਕੈਚਰ ਦੇ ਸ਼ੂਜ਼ ਚੱਲਦੇ ਨੇ, ਉਸੇ ਤਰ੍ਹਾਂ ਪੰਜਾਬੀ ਜੁੱਤੀ ਦੀ ਕੁਆਲਿਟੀ ਇੱਕ ਬਹੁਤ ਜ਼ਿਆਦਾ ਵੱਧ ਗਈ ਹੋਈ ਹੈ। ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਇਹੋ ਜਿਹੀਆਂ ਦਿਖਾਵਾਂਗਾ ਕਿ ਜਿਹੜੀਆਂ ਦੇਖੋ ਕਿ ਗਰਲਿਸ਼ ਲੁੱਕ ਦੇ ਵਿੱਚ ਅੱਜ ਕੱਲ੍ਹ ਕਿੰਨੀਆਂ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਨੇ, ਔਰ ਇਹ ਦੇਖੋ ਇੱਕ ਮੈਂ ਪੰਜਾਬੀ ਜੁੱਤੀ ਦਿਖਾ ਰਿਹਾ। ਅੱਗੇ ਪੰਜਾਬੀ ਜੁੱਤੀ ਹੁੰਦੀ ਸੀ ਸਿਰਫ ਸੂਟਸ ਦੇ ਨਾਲ ਪਾਈ ਜਾਂਦੀ ਸੀ, ਉਹਦਾ ਜੀਨਸ ਦੇ ਨਾਲ ਮਤਲਬ ਜਾਂ ਵੈਸਟਰਨ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਸੀ ਹੁੰਦਾ। ਹੁਣ ਪੰਜਾਬੀ ਜੁੱਤੀ ਇਸ ਤਰ੍ਹਾਂ ਦੇ ਵਿੱਚ ਵੀ ਬਣਦੀ ਹੈ ਕਿ ਭਾਵੇਂ ਤੁਸੀਂ ਵੈਸਟਰਨ ਨਾਲ ਪਾਓ, ਭਾਵੇਂ ਜੀਨਸ ਨਾਲ ਪਾਓ, ਭਾਵੇਂ ਸੂਟਸ ਦੇ ਨਾਲ ਪਾਓ, ਤੁਸੀਂ ਪੰਜਾਬੀ ਜੁੱਤੀ ਅੱਜ ਦੇ ਟ੍ਰੈਂਡ ਦੇ ਵਿੱਚ ਹਰ ਟਾਈਮ ਪਾ ਸਕਦੇ ਹੋ ਜੀ। ਇਹ ਦੇਖੋ ਜੀਨ ਦੇ ਕੱਪੜੇ ਦੇ ਉੱਤੇ ਕਿਵੇਂ ਹੱਥ ਦੀ ਕਢਾਈ ਕੀਤੀ ਹੋਈ ਹੈ ਜੀ, ਬਿਲਕੁਲ ਇਹ ਸਾਰਾ ਡੈਨਮ ਦਾ ਕੱਪੜਾ ਹੈ, ਉਹਦੇ ਉੱਪਰ ਹੱਥ ਦੀ ਕਢਾਈ ਕੀਤੀ ਹੋਈ ਹੈ। ਸੋ ਇਹਨੂੰ ਗਰਲਸ ਬਹੁਤ ਜ਼ਿਆਦਾ, ਸਾਡਾ ਪ੍ਰੋਡਕਟ ਬਹੁਤ ਜ਼ਿਆਦਾ ਸੇਲ ਦੇ ਵਿੱਚ ਹੈ ਵਾਲਾ, ਗਰਲਸ ਬਹੁਤ ਜ਼ਿਆਦਾ ਲਾਈਕ ਕਰਦੀਆਂ ਨੇ ਇਹਨੂੰ ਮਤਲਬ ਜੀਨਸ ਦੇ ਨਾਲ ਵੇਅਰ ਕਰਨ ਵਾਸਤੇ ਜੀ। ਅੱਜ ਕਹਿ ਸਕਦੇ ਹਾਂ ਕਿ ਹੱਥਾਂ 'ਚ ਲਿਫਾਫੇ ਫੜੇ ਹੋਏ ਨੇ, ਕਾਫੀ ਚਾਅ ਸੀਗਾ ਤੁਹਾਨੂੰ ਪੰਜਾਬੀ ਜੁੱਤੀ ਨੂੰ ਲੈ ਕੇ, ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਦੇ ਸਮੇਂ ਵਿੱਚ ਵੀ ਇਸ ਦਾ ਟ੍ਰੈਂਡ ਜਾਰੀ? ਬਹੁਤ ਜ਼ਿਆਦਾ, ਅਭੀ ਵੀ ਇਸਕਾ ਟ੍ਰੈਂਡ ਐਵਰਗ੍ਰੀਨ ਹੈ, ਪੰਜਾਬੀ ਜੁੱਤੀ ਦਾ ਟ੍ਰੈਂਡ ਕਦੇ ਖਤਮ ਨਹੀਂ ਹੋਗਾ। ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਇੱਕ ਟ੍ਰੈਂਡ ਜਦੋਂ ਸਮੇਂ ਨਾਲ ਬਦਲਦਾ ਹੈ ਤਾਂ ਲੋਕਾਂ ਦਾ ਰੁਝਾਨ ਵੀ ਬਦਲ ਜਾਂਦਾ, ਜਿੱਥੇ ਕਿ ਅੱਜ ਦੇ ਸਮੇਂ 'ਚ ਲੋਕ ਨਾਮੀ ਬ੍ਰਾਂਡਾਂ ਵੱਲ ਤਾਂ ਖਿੱਚੇ ਜਾ ਰਹੇ ਨੇ, ਪਰ ਇਹ ਸਾਡੇ ਦੇ ਪੰਜਾਬ ਦੀ ਉਹ ਵਿਰਾਸਤ ਹੈ ਜਿਸ ਨਾਲ ਕਿ ਸਾਡੇ ਕਹਿ ਸਕਦੇ ਹਾਂ ਬਜ਼ੁਰਗਾਂ ਨੇ ਵੀ ਇੱਕ ਸਮਾਂ ਹੰਡਾਇਆ, ਔਰ ਹੁਣ ਦੀਆਂ ਪੀੜ੍ਹੀਆਂ ਵੀ ਇਸ ਨਾਲ ਜੁੜ ਰਹੀਆਂ ਨੇ। ਟਰੂ, ਵਾਪਸ ਵਹੀ ਪਈ ਜੁੜਨਾ। ਹਾਂ, ਕਿੰਨੇ ਕੀ ਕਹਿ ਸਕਦੇ ਐਕਸਾਈਟਮੈਂਟ ਸੀਗੀ, ਕਿਉਂਕਿ ਬਹੁਤ ਜ਼ਿਆਦਾ ਹਮ ਸਪੈਸ਼ਲੀ ਜਾਂ ਅੰਮ੍ਰਿਤਸਰ ਸਪੈਸ਼ਲੀ ਜੁੱਤੀ ਇਹ ਪੰਜਾਬੀ ਜੁੱਤੀ ਲੈਣੇ ਆਏ ਹੈ, ਸਪੈਸ਼ਲੀ ਇੱਕ ਲੈਣੀ ਥੀ ਔਰ ਆਠ ਆਠ ਲੈ ਲਈ ਹੈ, ਇਸੇ ਜ਼ਿਆਦਾ ਔਰ ਕਿਆ ਪਤਾ ਕਿ 16,000 ਕੇ ਜੁੱਤੇ ਹੀ ਲੈ ਲਈ ਹੈ ਹਮਨੇ, ਤੋ ਇਹ ਬਤਾਤਾ ਕਿ ਕਰੇਜ਼ ਜਿਤਨੀ ਲੋ ਉਤਨੀ ਲੱਗ ਰਹੀ, ਇਹ ਵੀ ਕਲਰ ਲੈ ਲਓ, ਇਹ ਵੀ ਲੈ ਲਓ, ਅਭੀ ਵੀ ਦਿਲ ਨਹੀਂ ਭਰਾ ਪਰ ਦੁਬਾਰਾ ਆਏਗੇ। ਕਹਿ ਸਕਦੇ ਜਦੋਂ ਤੁਸੀਂ ਸ਼ਾਪਿੰਗ ਕਰ ਵੀ ਰਹੇ ਸੀ ਇੱਕ ਤੋਂ ਬਾਅਦ ਇੱਕ ਕਿ ਇਹ ਵੀ ਨਹੀਂ ਪਸੰਦ, ਹਰ ਚੀਜ਼ ਤੋਂ ਸਮਝ ਨਹੀਂ ਆ ਰਹੀ ਸੀ ਕਿ ਕੌਣ ਸੀ ਲੈ ਔਰ ਕੌਣ ਸੀ ਛੋੜੇ, ਇਹ ਹੋ ਰਿਹਾ ਥਾ ਕਿ ਦਿਲ ਕਰ ਰਿਹਾ ਥਾ ਸਾਰੀ ਲੈ ਲੈ, ਫਿਰ ਲਗਾ ਕਿ ਨਹੀਂ ਯਾਰ ਦੁਬਾਰਾ ਅਭੀ ਤੋਂ ਆਉਣਾ ਹੈ, ਇੱਕ ਹੀ ਵਾਰੀ ਲੈ ਗਏ ਤਾਂ ਟਾਈਮ ਲੱਗੇਗਾ ਨਾ ਵਾਪਿਸ ਆਉਣੇ ਮੈਂ। ਕਹਿ ਸਕਦੇ ਹਾਂ ਕਿ ਅੱਜ ਸ਼ਾਪਿੰਗ ਪੂਰੀ ਕਰ ਲਈ ਹੈ, ਹਜੇ ਵੀ ਕਿਤੇ ਨਾ ਕਿਤੇ ਆਸ ਹੋਇਆ ਕਿ ਹੋਰ ਪਸੰਦ ਜੀ ਆ ਗਈ ਤਾਂ ਫਿਰ ਉਹ ਵੀ ਲੈ ਲਓ। 100%, ਕਿਉਂਕਿ ਇਹ ਦੇਖੋ ਇਟ ਇਜ਼ ਜਸਟ ਨੋਟ ਅਬਾਊਟ ਸ਼ਾਪਿੰਗ, ਇਹਦੇ ਇਹ ਜਿਹੜੇ ਹੱਥ ਨਾਲ ਬਣਾਈ ਜਾਂਦੀ ਹੈਗੀ ਔਰ ਇਹਦੇ 'ਚ ਕਿੰਨਾ ਲੇਬਰ ਜਾਂਦਾ ਹੈਗਾ ਔਰ ਜਿਹੜੇ ਲੋਕ ਕਿੰਨੀ ਇੰਪਲੋਇਮੈਂਟ ਮਿਲਦੀ ਹੈਗੀ ਉਹ ਲੋਕਾਂ ਨੂੰ, ਸਾਨੂੰ ਉਹ ਜਿਹੜਾ ਸਮਾਲ ਸਕੇਲ ਇੰਡਸਟਰੀ ਹੈਗਾ ਉਹਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਹੈਗਾ, ਐਵਰੀਥਿੰਗ ਇਜ਼ ਨੋਟ ਮਸ਼ੀਨਰੀ। ਪਰ ਲੱਗਦਾ ਕਿ ਅੱਜ ਦਾ ਜਿਹੜਾ ਲੋਕ ਨੇ ਜੋ ਹੁਣ ਦੇ ਸਮੇਂ ਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੁੜਨਾ ਚਾਹੀਦਾ ਕਿ ਤਾਂ ਜੋ ਫਿਊਚਰ ਜਨਰੇਸ਼ਨਸ ਨੂੰ ਜੁੜੇ ਉਹਨਾਂ ਤੱਕ ਇਹ ਚੀਜ਼ਾਂ ਦੀ ਜਦ ਹੋਂਦ ਪਹੁੰਚੇਗੀ ਤਾਂ ਹੀ ਉਹ ਵੀ ਇਸ ਨਾਲ ਜੁੜਨ। ਇਹ ਸਾਨੂੰ ਆਪਣਾ ਜਿਹੜਾ ਆਪਣੇ ਜਿਹੜੇ ਕਲਚਰ ਨੂੰ
ਔਰ ਉਹਨੂੰ ਬਿਲਕੁਲ ਭੁੱਲਣਾ ਨਹੀਂ ਚਾਹੀਦਾ ਹੈਗਾ। ਇਹ ਜਿਹੜੀ ਹੈਗੀ ਹੈ ਸਾਡੇ ਕਲਚਰ ਨਾਲ ਕੰਸਰਨਡ ਹੈਗਾ, ਚਾਹੇ ਜਿੱਥੇ ਦੁਨੀਆ ਜਿੱਥੇ ਮਰਜ਼ੀ ਪਹੁੰਚਦੀ ਜਾਏ, ਲੇਕਿਨ ਜਿਹੜਾ ਕਲਚਰ ਹੈ, ਜੋ ਸੰਸਕਾਰ ਹੈਗੀ ਹੈ, ਉਹ ਨਾਲ ਦੇ ਨਾਲ ਹੀ ਚੱਲਣੇ ਚਾਹੀਦੇ ਹੈ। ਔਰ ਜਿਹੜਾ ਰੂਟਡ ਟੂ ਅਰਥ ਰਹਿੰਦਾ ਹੈਗਾ, ਉਹੀ ਡਿਵੈਲਪਡ ਰਹਿੰਦਾ ਹੈਗਾ। ਲੋਕ ਅਕਸਰ ਵਿਆਹ ਸ਼ਾਦੀਆਂ ਵਿੱਚ ਇਹਨਾਂ ਨੂੰ ਪਾਉਂਦੇ ਨੇ, ਔਰ ਕਹਿ ਸਕਦੇ ਹਾਂ ਕਿ ਅੱਜ ਵੀ ਖਾਸ ਕਰਕੇ ਨੌਜਵਾਨਾਂ ਦਾ ਜੋ ਰੁਝਾਨ ਹੈ ਉਹਦੇ ਵਿੱਚ ਬਣਿਆ ਰਹਿੰਦਾ। ਔਰ ਇਹ ਖਾਸ ਪੰਜਾਬੀ ਜੁੱਤੀ ਦਾ ਤੁਹਾਡੇ ਤੱਕ ਪਹੁੰਚਾਉਣ ਦਾ ਸੁਨੇਹਾ ਸਾਡਾ ਇਹੀ ਹੈ ਕਿ ਅਸੀਂ ਆਪਣੀ ਵਿਰਾਸਤ ਦੀ ਹੋਂਦ ਨੂੰ ਹੋਰ ਮਜ਼ਬੂਤ ਕਰੀਏ ਕਿ ਤਾਂ ਜੋ ਅਗਾਮੀ ਆਉਣ ਵਾਲੀ ਪੀੜ੍ਹੀਆਂ ਵੀ ਇਸ ਨਾਲ ਸਿੱਖ ਲੈ ਸਕਣ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18, ਪੰਜਾਬ।